ਕਿ ਜੰਗੀ ਜਹਾਜ਼ ਅਸੀਂ ਬਣਾਇਆ ਪਾਕਿਸਤਾਨ ਦੀ ਮੁਹੱਬਤ ਵਾਸਤੇ ਔਰ ਪਾਕ ਫੌਜ ਨੂੰ ਯਕੀਨ ਦਿਵਾਉਣ ਵਾਸਤੇ ਕਿ ਪਾਕ ਫੌਜ ਇਕੱਲੀ ਨਹੀਂ, ਹਰ ਘਰ ਦੇ ਅੰਦਰ ਇੱਕ ਮੁਜਾਹਿਦ ਬੈਠੇ ਨੇ, ਉਹਨਾਂ ਦੇ ਜਾਨਬਾਜ਼ ਫੋਰਸ ਬੈਠੇ ਨੇ ਔਰ ਦੁਸ਼ਮਣ ਨੂੰ ਇਹ ਵਾਰਨਿੰਗ ਦੇਣ ਵਾਸਤੇ ਕਿ ਪਾਕ ਫੌਜ ਇਕੱਲੀ ਨਹੀਂ। ਅੱਜ 6 ਸਤੰਬਰ ਦਾ ਦਿਨ ਹੈ, ਅਸੀਂ ਪਾਕ ਫੌਜ ਦੀ ਮੁਹੱਬਤ ਦੇ ਨਾਲ ਇਜ਼ਹਾਰ ਕਰ ਰਹੇ ਹਾਂ। ਇਸ ਵਾਸਤੇ ਅਸੀਂ ਇਹ ਜੰਗੀ ਜਹਾਜ਼ ਨੂੰ ਤਿਆਰ ਕੀਤਾ, ਕਾਫੀ ਮਿਹਨਤ ਦੇ ਨਾਲ 2-3 ਮਹੀਨੇ ਲਾ ਕੇ ਅਸੀਂ ਇਸ ਨੂੰ ਤਿਆਰ ਕੀਤਾ। ਅੱਲ੍ਹਾ ਦੀ ਤੋਫੀਕ ਦੇ ਨਾਲ।